ਬਠਿੰਡਾ ਦੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਤੇ ਆਰਟੀਆਈ ਕਾਰਜਕਰਤਾ ਹਰਮਿਲਾਪ ਗਰੇਵਾਲ ਨੇ 2 ਵੋਟਾਂ ਬਣਾਉਣ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਉਹਨਾਂ ਨੇ ਪ੍ਰੈਸ ਮੀਟਿੰਗ 'ਚ ਇਹ ਖੁਲਾਸਾ ਕਰਦਿਆਂ ਵਿਧਾਇਕਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ। ਦੇਖੋ ਸਰ, ਇਹ ਮੇਰੀ ਸ਼ਿਕਾਇਤ ਸੀਗੀ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੇ ਤਲਵੰਡੀ ਸਾਬੋ ਹਲਕੇ ਦੇ ਸਿਟਿੰਗ MLA ਨੇ ਓਪੋਜੀਸ਼ਨ ਦੇ ਆਮ ਆਦਮੀ ਪਾਰਟੀ ਦੇ ਬਲਜਿੰਦਰ ਕੌਰ, ਉਹ ਜਿਹੜੇ ਪ੍ਰੈਜੈਂਟਲੀ ਜਿਸ ਵੋਟ ਦੇ ਉੱਪਰ MLA ਬਣੇ ਨੇ ਉਹ ਵੋਟ ਵੈਲਿਡ ਵੋਟ ਨਹੀਂ ਹੈ। ਉਸਦਾ ਕਾਰਨ ਹੈ ਕਿ ਉਹਨਾਂ ਨੇ ਆਪਣੇ ਉਸਦੇ ਵੋਟ ਦੇ ਉੱਤੇ ਉਹਨਾਂ ਨੇ ਆਪਣੇ ਫਾਦਰ ਦਾ ਨਾਮ ਜਿਹੜਾ ਹੈ ਉਹ ਦਰਸ਼ਨ ਸਿੰਘ ਦਿਖਾਇਆ ਹੈ, ਜੋ ਉਹਨਾਂ ਦੇ ਜਨਮ ਦੇਣ ਵਾਲੇ ਪਿਤਾ ਨੇ। ਜਦਕਿ 1997 ਦੇ ਵਿੱਚ ਇੱਕ ਗੋਦਨਾਮਾ ਹੋਇਆ ਸੀ ਜਿਸ ਦੇ ਵਿੱਚ ਬਲਜਿੰਦਰ ਕੌਰ ਜੀ ਨੂੰ ਬਾਕਾਇਦਾ ਅਡੋਪਟ ਕਰ ਲਿੱਤਾ ਗਿਆ ਸੀਗਾ ਅਮਰਜੀਤ ਸਿੰਘ ਜੀ ਵੱਲੋਂ, ਜਿਨ੍ਹਾਂ ਦੀ 2002 ਦੇ ਵਿੱਚ ਡੈਥ ਹੋ ਗਈ। ਉਸ ਤੋਂ ਬਾਅਦ 2005 ਦੇ ਵਿੱਚ ਉਹਨਾਂ ਨੇ ਇੱਕ ਵੋਟ ਬਣਵਾਈ ਆਪਣੀ, ਜਿਸ ਦੇ ਵਿੱਚ ਬਲਜਿੰਦਰ ਕੌਰ ਡਾਟਰ ਆਫ ਅਮਰਜੀਤ ਸਿੰਘ ਲਿਖਵਾਇਆ, ਅਤੇ ਉਸਦਾਂ ਦੀ ਪ੍ਰੋਪਰਟੀ ਦੇ ਉੱਪਰ ਇਹਨਾਂ ਦੇ ਇੱਕ ਕੇਸ ਵੀ ਚੱਲਿਆ ਸੀਗਾ ਜੀ ਤਲਵੰਡੀ ਸਾਬੋ ਦੀ ਅਦਾਲਤ ਦੇ ਵਿੱਚ, ਜਿੱਥੇ ਉਹਨਾਂ ਨੇ ਆਪਣੀ ਇਸ ਵੋਟ ਨੂੰ ਅਤੇ ਇਹ ਸਾਰੀਆਂ ਚੀਜ਼ਾਂ ਨੂੰ ਐਜ਼ ਅ ਪਰੂਫ ਲਗਾਇਆ। 2010-11 ਦੇ ਵਿੱਚ ਜਦੋਂ ਕੇਸ ਦਾ ਨਿਪਟਾਰਾ ਹੋਇਆ ਅਤੇ ਇਹਨਾਂ ਨੂੰ ਕੋਈ ਪ੍ਰੋਪਰਟੀ ਦੇ ਵਿੱਚੋਂ ਹਿੱਸਾ ਨਹੀਂ ਮਿਲਿਆ, ਤਾਂ ਇਹਨਾਂ ਨੇ 2011 ਦੇ ਵਿੱਚ ਇੱਕ ਦੁਬਾਰਾ ਇੱਕ ਵੋਟ ਬਣਵਾ ਲਈ ਬਲਜਿੰਦਰ ਕੌਰ ਡਾਟਰ ਆਫ ਦਰਸ਼ਨ ਸਿੰਘ, ਜੋ ਇਹਨਾਂ ਦੇ ਜਨਮ ਵਾਲੇ ਪਿਤਾ ਨੇ। ਜਦਕਿ ਹਿੰਦੂ ਅਡੋਪਸ਼ਨ ਐਕਟ 1956 ਦੇ ਹਿਸਾਬ ਨਾਲ ਇੱਕ ਵਾਰ ਜਦੋਂ ਆਪਾਂ ਅਡੋਪਟ ਕਰ ਲਿੱਤੇ ਜਾਂਦੇ ਹਾਂ ਤਾਂ ਉਦੋਂ ਆਪਾਂ ਜਿਹੜੇ ਹੈ ਆਪਣਾ ਆਪਣੇ ਜਨਮ ਦੇਣ ਵਾਲੇ ਪਿਤਾ ਦਾ ਨਾਮ ਲੀਗਲ ਡਾਕੂਮੈਂਟਸ ਦੇ ਵਿੱਚ ਨਹੀਂ ਲਿਖਾ ਸਕਦੇ। ਤਾਂ MLA ਬਣਨ ਲਈ ਸਭ ਤੋਂ ਮੇਨ 2 ਚੀਜ਼ਾਂ ਹੁੰਦੀਆਂ ਨੇ ਜੀ, ਇੱਕ ਭਾਰਤ ਦਾ ਸਿਟੀਜ਼ਨ ਹੋਣਾ, ਨੰਬਰ 2 ਦੇ ਉੱਤੇ ਜਿਹੜੀ ਜਾਂਦੀ ਹੈ ਉਹ ਵੈਲਿਡ ਵੋਟਰ ਕਾਰਡ ਸਟੇਟ ਦਾ ਹੋਣਾ। ਤਾਂ ਮੇਰੀ ਓਬਜੈਕਸ਼ਨ ਇਹ ਹੈ ਵੀ ਅੱਜ ਦੀ ਤਰੀਕ ਦੇ ਵਿੱਚ ਜੋ MLA ਬਲਜਿੰਦਰ ਕੌਰ ਨੇ ਉਹਨਾਂ ਦੀ ਜਿਹੜੀ ਪ੍ਰੈਜੈਂਟ ਵੋਟ ਹੈ ਜਿਹਨੂੰ ਦਿਖਾ ਕੇ ਉਹ MLA ਬਣੇ ਨੇ ਉਹ ਵੈਲਿਡ ਵੋਟਰ ਕਾਰਡ ਹੀ ਨਹੀਂ ਹੈ। ਤਾਂ ਇਹਨਾਂ ਦੀ ਜਿਹੜੀ MLA ਤੋਂ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ।